तेज़ तूफान आने कारण तकरीबन हर पासे ही भारी नुकसान होया वेखण नूं मिल रहा है, जिथे कि इस तेज़ तूफान कारण किसानां दीआं फसलां दा नुकसान होया, गरीबां दीआं झुग्गियां झोंपड़ियां तहस नहस होया। उत्थे ही इस भारी ते तेज़ तूफान कारण शहरी जल जीवन प्रभावित होया नज़र आया, जिस कारण लोकां दीआं छत्तां ते पिया समान उड के दूजे एरिए विच चला गया। दुकानां दीआं फलैक्सां आदि उखड़गियां ते होर नुकसान आदि उत्थे ही कोटकपुरा शहर दे मोहल्ला प्रेम नगर विखे बीजेपी आगू दे घर अगे लगे धरने दे तंबू इन्ना तेज ते भारी तूफानां दे कारण अपनी जगह तो उखड़ के तहस नहस होए, जिस नूं किसानां वल्लों दुबारा पुट के सही तरीके नाल सैट करके लगाया जा रहा सी। कि मौके ते पुजे आस पास के दुकानदारां ने यह रोस जताया कि ये तुहाडे धरने की वजह बेशक सही है, पर इस नाल सानूं बहुत ही अड़िका लगता है ते तुहाडे धरने लगन कारण पुलिस इत्थे हर वक्त मौजूद रहिंदी है ते धरने दे दोवें पासे रास्ते बंद किते हुंदे हन, इस करके साडी दुकानदारी तां बढ़ती जा रही है, इंज तां साडियां दुकानां बंद ही हो जाणगियां। दुकानदारां ने आख्या कि इसका कोई हल होना चाहीदा है। तां धरने दी अगवाई कर रहे उगराहां यूनियन दे जिला प्रधान जसपाल सिंह नंगल दे जतना अते उत्थे मौजूद SP बालकृष्ण सिंगला अते SHO थाना सिटी कोटकपुरा इंस्पैक्टर गुरमीत सिंह दी आपसी सूझबूझ नाल किसानां नूं धरने दी बदलवीं थां मुहैया करवाई गई। तां इस दे तहत किसानां वल्लों अपना धरना BJP आगू दे घर गड्डी निकलन बढ़न जिन्नी थां छड्ड के बाकी स्थान ते तंबू गट के धरने दी मुड़ शुरुआत कीती गई। इस समय उगराहां यूनियन दे समूह किसानां तों इलावा उक्त पुलिस अधिकारी अपनी पुलिस टीम सहित हाजर सी। ਕੋਟਕਪੁਰਾ ਤੋਂ ਪੱਤਰਕਾਰ ਰੋਹਿਤ ਆਜ਼ਾਦ ਦੀ ਰਿਪੋਰਟ। ਸਿੱਧੀਆਂ ਤਸਵੀਰਾਂ ਜਾ ਰਹੀਆਂ ਨੇ, ਕੀ ਅੱਜ ਦਾ ਮਾਜਰਾ ਵਾ? ਸੁਨੀਤਾ ਗਰਗ ਦੇ ਘਰ ਦੇ ਸਾਹਮਣੇ ਜਿਹੜਾ ਟੈਂਟ ਲੱਗਿਆ, ਪ੍ਰਸ਼ਾਸਨ ਇੱਥੇ ਮੌਜੂਦ ਆ, ਕੀ ਸਾਰੀ ਸਥਿਤੀ ਹੈ? ਪਿਛਲੇ ਦਿਨਾਂ 'ਚ ਜਿਹੜਾ ਉਹ ਝੱਖੜ ਝੱਲ ਗਿਆ, ਤੂਫਾਨ ਆ ਗਿਆ, ਉਹਦੇ ਕਾਰਨ ਸਾਡਾ ਟੈਂਟ ਪਟਿਆ ਗਿਆ ਸੀਗਾ ਜੀ। ਪਾਈਪਾਂ ਵੀ ਇੰਨੀਆਂ ਟੇਢੀਆਂ ਹੋ ਗਈਆਂ, ਉਹਨਾਂ ਨੂੰ ਅਸੀਂ ਸਹੀ ਕਰਕੇ ਲਾਉਣ ਲੱਗੇ ਸੀ। ਤਾਂ ਇੱਥੇ ਸਾਡੇ ਜਿਹੜੇ ਮਹੱਲੇ ਦੇ ਵਿੱਚ ਅਗਾਂਹ ਦੁਕਾਨਦਾਰ ਬੈਠੇ ਆ, ਅੱਗੇ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਇੱਕ ਦਿਨ ਇਕੱਠੇ ਕਰਕੇ ਆਖਿਆ ਸੀ ਵੀ ਨੰਘੇ ਦੀ ਮੰਗ ਕਰੀ ਸੀ ਉਹਨਾਂ ਦੀ, ਜਾਇਜ਼ ਹੈ ਗੱਲ ਜੀ, ਕਿਉਂਕਿ ਦੋਵੇਂ ਪਾਸੇ ਬੈਰੀਕੇਡ ਨਾਲ ਨੰਘੇ ਬੰਦ ਕਰੇ ਵੇ, ਨੰਘੇ ਖੁੱਲੇ ਜਾਣ। ਅਸੀਂ ਵੀ ਇਹ ਕਹਿੰਦੇ ਹਾਂ ਕਿਉਂਕਿ ਅਸੀਂ ਉਹਨਾਂ ਲੋਕਾਂ ਦੀ ਖਾਤਰ ਹੀ ਲੜ ਰਹੇ ਹਾਂ, ਉਹਨਾਂ ਲੋਕਾਂ ਦੇ ਇਹਨਾਂ ਕੰਮਾਂ ਧੰਦਿਆਂ ਦਾ ਖਿਆਲ ਰੱਖਣਾ ਹੈ। ਅਤੇ ਜਿੱਧਰਲੇ ਪਾਸੇ ਅਸੀਂ ਹੁਣ ਟੈਂਟ ਕਰਕੇ ਗੱਡ ਰਹੇ ਹਾਂ, ਇੱਧਰਲੇ ਪਾਸੇ ਜਿਹੜੀ ਮੈਡਮ ਆ ਇਹਨਾਂ ਦੀ, ਸੁਨੀਤਾ ਗਰਗ ਭਾਜਪਾ ਦੀ ਸਕੱਤਰ, ਉਹਦੇ ਬਾਰ ਦੇ ਅੱਗੇ ਅਸੀਂ ਕਰਿਆ ਆਪਦਾ ਟੈਂਟ, ਇੱਧਰਲੇ ਪਾਸੇ ਉਹਦਾ ਬੂਹਾ ਛੱਡ ਕੇ ਟੈਂਟ ਉਹਨਾਂ ਨੂੰ ਅਸੀਂ ਲਾਇਆ, ਉਹ ਅਸੀਂ ਸਾਡਾ ਰਾਈਟ ਹੀ ਬਣਦਾ ਉੱਥੇ ਅਸੀਂ ਲਗਾਤਾਰ, ਕਿਉਂਕਿ ਜਿੱਥੇ 190-91 ਦਿਨ ਹੋ ਗਏ ਬੈਠਿਆਂ ਨੂੰ, ਇਹਦੇ ਕਰਕੇ ਉਹਨੂੰ ਅਸੀਂ ਸਹੀ ਕਰਕੇ ਲਾ ਕੇ ਹਟੇ ਜੀ। ਯਾਨੀ ਕਿ ਉਹਨਾਂ ਦਾ ਕੋਈ ਡਿੱਕਾ ਨਹੀਂ ਲੱਗ ਰਿਹਾ ਆਪਣੇ ਵੱਲੋਂ, ਜਥੇਬੰਦੀ ਦਾ ਇੱਕ ਡਿਸਟੈਂਸ ਦੇ ਉੱਤੇ ਟੈਂਟ ਲੱਗ ਰਿਹਾ? ਬਿਲਕੁਲ ਜੀ, ਉਹਨਾਂ ਨੂੰ ਕੋਈ ਡਿੱਕਾ ਨਹੀਂ ਲੱਗ ਰਿਹਾ, ਹਾਲਾਂਕਿ ਰਾਹਗੀਰਾਂ ਨੂੰ ਡਿੱਕਾ ਸੀਗਾ, ਦੁਕਾਨਦਾਰਾਂ ਨੂੰ ਡਿੱਕਾ ਸੀ, ਬੱਚੇ ਪੜ੍ਹਨ ਵਾਲੇ ਜਾਂਦੇ ਸੀ ਕਿ ਵਹਿਣਾ ਜਾਂਦੀਆਂ ਸੀ, ਉਹਨਾਂ ਨੂੰ ਡਿੱਕਾ ਸੀ, ਇਸ ਗੱਲ ਦਾ ਖਿਆਲ ਰੱਖ ਕੇ ਉਹਨਾਂ ਦਾ ਨੰਘਾ ਚਾਲੂ ਕੀਤਾ। ਤੇ ਪ੍ਰਸ਼ਾਸਨ ਜਿਹੜਾ ਇੱਥੇ ਮੌਜੂਦਾ ਪਹੁੰਚਿਆ ਹੋਇਆ, ਪ੍ਰਸ਼ਾਸਨ ਦੀ ਜਿਹੜੀਆਂ ਗੱਲ ਕਰ ਰਹੇ ਸੀਗੇ ਅਸੀਂ ਸੁਣਨ 'ਚ ਆਇਆ ਵੀ ਪ੍ਰਸ਼ਾਸਨ ਕਹਿ ਰਿਹਾ ਸੀ ਇਹਨੂੰ ਥੋੜ੍ਹਾ ਅੱਗੇ ਕਰਕੇ ਲਗਾਇਆ ਜਾਵੇ, ਉਹ ਕਿਤੇ ਸਥਿਤੀ ਕਿਤੇ ਨਾ ਕਿਤੇ ਗੰਭੀਰ ਲੱਗਦੀ ਸੀ? ਕੋਈ ਨਹੀਂ, ਪ੍ਰਸ਼ਾਸਨ ਨਾਲ ਇਸ ਗੱਲ ਨਾਲ ਸਹਿਮਤੀ ਹੋ ਗਈ ਆ। ਪ੍ਰਸ਼ਾਸਨ ਨੇ ਆਖਿਆ ਸੀ ਬਾਹਰ 'ਚ ਨਾ ਲਾਓ, ਆਪਾਂ ਬਾਹਰ ਛੱਡ ਕੇ ਉਹਨਾਂ ਦੀ ਗੱਡੀ ਅੰਦਰ ਲੰਘਦੀ ਵੇਖ ਕੇ ਉਦੋਂ ਗਾਂਹ ਲਾਇਆ ਜੀ। ਜਾਣੀ ਕਿ ਕੋਈ ਇਹਦਾ ਸਿਚੁਏਸ਼ਨ ਨਹੀਂ ਕਿ? ਬਿਲਕੁਲ, ਹਜੇ ਹਾਲ ਦੀ ਘੜੀ ਕੋਈ ਨਹੀਂ ਜੀ। ਗੱਲਬਾਤ ਹੋਈ ਆ ਜਾਂ SSP ਸਾਹਿਬ ਨਾਲ ਗੱਲਬਾਤ ਹੋਈ ਆ? ਕੀ ਗੱਲਬਾਤ ਹੋਈ ਆ? SSP ਸਾਹਿਬ ਨੇ ਫੋਨ ਲਾਇਆ ਸਾਡੇ ਸੂਬੇ ਦੇ ਆਗੂ ਨੂੰ, ਸਾਡੇ ਚਰਨ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੂੰ। ਕੋਕਰੀਕਲਾਂ ਦਾ ਮੈਨੂੰ ਫੋਨ ਆਇਆ ਵੀ ਜਸਪਾਲ ਉਹਨਾਂ ਦਾ ਬਾਰ ਨਹੀਂ ਬੰਦ ਕਰਨਾ ਗਾ। SSP ਸਾਹਿਬ ਦਾ ਵੀ ਇਹੋ ਹੀ ਸੀ ਵੀ ਜੇ ਕੋਈ 2 ਮੀਟਰ ਦਾ ਫਾਸਲਾ ਬਣਦਾ ਤਾਂ ਬਾਰ ਛੱਡਿਆ ਜਾਵੇ, ਉਹ ਆਪਾਂ ਬਾਰ ਛੱਡ ਕੇ ਉਸ ਗੱਲ ਨੂੰ ਧਿਆਨ 'ਚ ਰੱਖ ਕੇ ਸੂਬੇ ਵਾਲਿਆਂ ਦੇ ਧਿਆਨ 'ਚ ਲਿਆ ਕੇ ਇਹਨੂੰ ਨਾਂਘਾ ਛੱਡ ਕੇ ਮੈਡਮ ਦਾ ਬਾਰ ਛੱਡ ਕੇ ਅਤੇ ਟੈਂਟ ਉਹਨਾਂ ਲਾਇਆ। ਅਤੇ BJP ਦੇ ਜਿਹੜੇ ਹੁਣ ਸੁਨੀਤਾ ਗਰਗ ਜੀ ਨੇ ਪਿਛਲੇ ਦਿਨੀ ਜਿਹੜੀ ਬੋਰ ਵਿੱਚ ਕੁੱਟਮਾਰ ਹੋਈ ਸੀ ਉਹਦਾ ਰੋਸ ਮਾਰਚ ਕੱਢਿਆ ਸੀਗਾ, ਤੇ ਉੱਥੇ ਕਿਸਾਨਾਂ ਵੱਲੋਂ ਵੀ ਕਿਸਾਨ ਨਹੀਂ ਸੀਗੇ ਇਹ ਕੋਈ ਹੋਰ ਸੀਗੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਪਹਿਲਾਂ ਤੋਂ ਹੀ ਇਸਤਕਾ ਕਰ ਰਹੇ ਆ, ਜਿੱਦੇ ਅਸੀਂ ਦਿੱਲੀ ਬੈਠੇ ਹਾਂ, ਜਿੱਦੇ ਇਹਨਾਂ ਦੇ ਬਾਰਾਂ ਅੱਗੇ ਬੈਠੇ ਹਾਂ, ਉਦੋਂ ਤੋਂ ਹੀ ਪਹਿਲਾਂ ਇੱਕ ਵਾਰੀ ਆਖਿਆ ਵੀ ਕਿਸਾਨ ਸਾਡੇ ਭਾਈ, ਉਦੋਂ ਬਾਅਦ ਤਾਂ ਸਾਨੂੰ ਗੁੰਡੇ ਆਉਂਦੇ ਆ। ਹੁਣ ਜਿੱਦੇ ਇੱਥੇ ਸ਼ਰਾਬੀ ਅੰਸਰ ਆਇਆ ਇਹਨਾਂ ਦਾ 31 ਦੀ ਰਾਤ ਨੂੰ, 31 ਮਾਰਚ ਦੀ, ਉਦੋਂ ਵੀ ਉਦੋਂ ਮਗਰੋਂ ਮੈਡਮ ਦੀ ਬੈਲਟ ਆਈ ਵੀ ਆ, ਉਦੋਂ ਵੀ ਮੈਡਮ ਕਹਿ ਰਹੀ ਆ ਵੀ ਇਹ ਤਾਂ ਗੁੰਡੇ ਆ, ਇਹ ਤਾਂ ਕਿਸਾਨ ਹੈ ਹੀ ਨਹੀਂ। ਹਾਲਾਂਕਿ ਸਾਰਾ ਪਤਾ ਵੀ ਜੇ ਗੁੰਡੇ ਆ ਜਿਹੜੇ ਉਹ ਤਾਂ ਕੁਛ ਸਮਾਂ ਠਹਿਰਦੇ ਹੁੰਦੇ, ਗੁੰਡੇ ਆਏ ਨਹੀਂ ਬਹਿੰਦੇ ਹੁੰਦੇ ਗੇ, ਅਸੀਂ ਪੀੜਤ ਕਿਸਾਨ ਹਾਂ, ਅਸੀਂ ਉਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਬੈਠੇ ਹਾਂ। ਹਾਲਾਂਕਿ ਅਸੀਂ ਕਿਸੇ ਦਾ ਵੀ ਜਿਹੜੇ ਮਹੱਲੇ ਦੇ ਵਿੱਚ ਬੈਠੇ ਹਾਂ ਪੱਤੇ ਦਾ ਵੀ ਨੁਕਸਾਨ ਨਹੀਂ ਕਰਿਆ ਗਾ, ਸਾਨੂੰ ਇਉਂ ਕੋਈ ਨਹੀਂ ਕਹਿ ਸਕਦਾ ਕਿ ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਸਾਰਾ ਕੰਮ ਕਰ ਰਹੇ ਹਾਂ। ਮੈਡਮ ਦਾ ਤਾਂ ਇਹਨਾਂ ਦੇ ਅਸਲ 'ਚ ਤਾਂ ਜਿਹੜੀ ਭਾਜਪਾ ਦੀ ਫਿਸਰਤ ਆ, ਅਸਲ 'ਚ ਉਹਦੇ ਕਰਕੇ ਇਹ ਫਾਸੀ ਹਮਲੇ ਕਰਦੇ, ਇਹ ਸਾਰਿਆਂ ਨੂੰ ਗੁੰਡੇ ਕਹਿ ਰਹੇ ਆ, ਕਦੇ ਹਰਜੀਤ ਗਰੇਵਾਲ ਕਹਿ ਦਿੰਦਾ, ਕਦੇ ਮੈਡਮ ਕਹਿ ਦਿੰਦੀ ਆ, ਲਗਾਤਾਰ ਇਹਨਾਂ ਅਸਲ 'ਚ ਸਾਨੂੰ ਟਿਕੇ ਬੈਠਿਆਂ ਨੂੰ ਫਸਾਉਣ ਲਈ ਜਾਣ ਬੁੱਝ ਕੇ ਗੁੰਮਰਾਹ ਕਰਕੇ ਇਸ ਤਰ੍ਹਾਂ
भी आ जो मेरे अगर धरना लगा हुआ भी ये लोग आ जोड़े उठ खड़न इस गल ने इन्होंने जिम्मेवार बना दें भी हुल्लड़बाज आखो आ करते हैं तो हुल्लड़बाजिया आप करते साढ़े जान बुझ के इसकों के हमले कराने की कोशिश कर रही वार भाजपा कहना भी पैनिक स्थिति बनाने की कोशिश की जा रही है बीजेपी वालों की जा रही है क्योंकि वेख लिया पिछले दिन चाहे इन्होंने उसे टकैच हाकम पार्टियां हक पर इस गल प्रशासन का सहयोग मिलिया प्रशासन ने उद्दे भी भरोसा दिता इस गल का भी अगे तो कोई यही गल ना आऊगी पर प्रशासन के भरोसे नहीं खड़े उन्होंने दोबारा फिर बैठ दे के गुंडे आख्या बारी बारी हरकत हो रही ने जिस नाल किसानी अंदोलन ते लोकां विच जिहड़ी पैनिक स्थिति बने बार बार कर रहे हैं जानबूझ के कर रहे हैं ये करके असी सानू पता असी समझी बैठे हैं भी साडा घोला जिहड़ा जित दे बराबर बैठा है ये करके असी उसतकां नहीं करना चाहते गए ये जे उसतकां दे हमले करनगे तो असी लोग इकट्ठे करके खाली हाथ लोग एकता नाल इहदा जवाब दिंदे रहांगे की हुण मांग करदे हो की कहना चाहते हो आखिरी शब्दां विच आखिरी शब्दों यो भी असं अमन शाह बैठे हाँ सू अमन शाह बैठा कोई तंग ना करे हालांकि प्रशासन की टिकाने की जिम्मेवारी बनती होंगी आ प्रशासन आपका काम करे असं आपका कर रहे हैं तो जो भाजपा वाले आ भाजपा वाले इस तरह की स्थिति ना पैदा कर भी जान बुझ के कदे गुंडे कहता कदे हमला कराता कदे कहीं शराबी वाड़ता इन्हों तो इन्हों बाज आना चाहिए साडे चैनल नू सबसक्राइब करो और सबसक्राइब करन वेले बैल आइकन वाला बटन दबाना ना भुलो ताकि तुहानू हर खबर मिल सके सब तो पहला।